ਇਸ ਜਗ੍ਹਾ ਤੇ ਬਹੁਤ ਜ਼ਿਆਦਾ ਲੋਕ ਹੈ ਜੋ ਸੱਪ ਦੇ ਉੱਪਰ ਲੱਸੀ ਪਾਉਂਦੇ ਸੀ ਔਰ ਪ੍ਰੋਫਿਟ ਜੀ ਸਾਡੇ ਕੋਲ 15 ਸਿਸਟਰਾਂ ਸੀ ਔਰ ਕੁਛ ਜਾ ਚੁੱਕੇ ਆ ਔਰ ਸਾਡੇ ਕੋਲ ਇਸ ਟਾਈਮ 8 ਸਿਸਟਰਾਂ ਰਹਿ ਚੁੱਕੀਆਂ ਇਹ ਸਾਰੇ ਜਿਹੜੇ ਸਿਸਟਰਾਂ ਖੜੀਆਂ ਸੱਪ ਦੇ ਉੱਪਰ ਲੱਸੀ ਪਾਉਂਦੀਆਂ ਸੀ ਤਾਰੀਫ ਕਰੋ ਪ੍ਰਭੂ ਦੀ ਔਰ ਖੁਦਾ ਨੇ ਜੋ ਬੋਲਿਆ ਬਿਲਕੁਲ ਸੱਚ ਆ ਆਮੀਨ ਮੈਂ ਇਸ ਸਾਈਡ ਤੇ ਨਾ ਮਹੱਤ ਰੱਖਾਂਗਾ ਇਹਨਾਂ ਦੇ ਉੱਪਰ ਇੱਕ ਮੈਨੇ ਰੱਖੋ ਇਹਨਾਂ ਤੁਸੀਂ ਇੱਕ ਸਾਈਡ ਚਲੋ ਉਧਰੋਂ ਲਾਈਨ ਸਪੀਕਰ ਦੇ ਵਿੱਚ ਵਾਲ ਲਾਈਨ ਬਣਾ ਦਿਓ ਸਪੀਕਰ ਵਾਲੇ ਸਪੀਕਰ ਵਾਲੀ ਸਾਈਡ ਵਾਲੇ ਤੁਸੀਂ ਕਹਿੰਦੇ ਕੰਮ ਇਹਨਾਂ ਨੂੰ ਨਹੀਂ ਪਤਾ ਹੈਗਾ ਕੰਮ ਕਰੋ ਹੁਣ ਕੰਮ ਦਾ ਟਾਈਮ ਬੈਕ ਛੱਡ ਦਿਓ ਮੈਂ ਪੰਜ ਪੰਜ ਲਓ ਚੁੱਕ ਖਿੱਚ ਖਿੱਚ ਕੇ ਲਿਓ ਬਾਹਰ ਜਿਹੜੇ ਹੈਗੇ ਫੜ ਫੜ ਕੇ ਭਜੋ ਇਹਨਾਂ ਨੂੰ ਲਾਈਨ ਬਣਾ ਜਾਓ ਮਿੰਟੋ ਮਿੰਟ ਇਹਨਾਂ ਦੀ ਪਰਮੇਸ਼ਵਰ ਤੇ ਆਤਮਾ ਦੱਸ ਰਿਹਾ ਕਿ ਇੱਥੇ ਤੁਹਾਡੇ ਬੱਚੇ ਜਿਹੜੇ ਦੰਦੀਆਂ ਗਰੀਚਦੇ ਆ ਔਰ ਮਾਚਿਸ ਦੀਆਂ ਤੀਲਾਂ ਕੀ ਕਰਦੇ ਆ ਔਰ ਤੁਸੀਂ ਸਿਸਟਰ ਨੂੰ ਦੇਖ ਰਹੇ ਤੁਹਾਡੇ ਸਾਹਮਣੇ ਖੜੀ ਆ ਸਭ ਤਾਰੀਫ ਕਰੋ ਕਿ ਪਰਮੇਸ਼ਵਰ ਜੋ ਬੋਲਦਾ 100% ਸ਼ੋਰ ਔਰ ਸੱਚ ਆ ਆਮੀਨ ਸਾਈਡ ਕੋ ਪਿੱਛੇ ਜਾਓ ਤੁਸੀਂ ਇੱਧਰ ਨਹੀਂ ਅੱਧਰ ਜਾਓ ਉਹ ਦੂਜੇ ਤੋਂ ਇੱਧਰ ਹੀ ਉੱਧਰ ਚੋਂ ਬਾਹਰ ਫੜ ਫੜ ਕੇ ਲੈ ਗਏ ਆਮੀਨ ਹਾਂਜੀ ਪ੍ਰੋਫਿਟ ਜੀ ਨੈਕਸਟ ਟੈਸਟਮਨੀ ਇਹ ਸਿਸਟਰ ਦੱਸ ਰਹੀ ਕਿ ਜਦੋਂ ਰਾਤ ਸੌਂਦੇ ਇਹਨਾਂ ਨੂੰ ਦਬਾਅ ਪੈਂਦਾ ਹੈ ਔਰ ਦੰਦੀਆਂ ਕਰੀਚਦੇ ਆ ਔਰ ਜੋ ਤੁਸੀਂ ਪ੍ਰੋਫੈਸ ਹੀ ਕਰੇ ਬਿਲਕੁਲ ਰਾਈਟ ਸੱਜਣ ਤਾਰੀਫ ਕਰੇ ਹਾਂਜੀ ਪ੍ਰਭੂ ਪ੍ਰਭੂ ਜੀ ਕਿੰਨੇ ਲੋਕਾਂ ਨੇ ਸੁਣਿਆ ਕਿ ਜਗ੍ਹਾ ਤੇ ਕੋਈ ਸਿਸਟਰ ਆ ਦੰਦੀਆਂ ਕਰੀਚਦੇ ਆ ਔਰ ਸਾਹਮਣੇ ਤੁਹਾਡੇ ਕਿਉਂਕਿ ਕੋਈ ਵੀ ਬੰਦਾ ਆਤਮਾ ਤੋਂ ਬਚ ਨਹੀਂ ਸਕਦਾ ਉਹ ਇੱਥੇ ਹੀ ਆ ਜਿਹੜੇ ਪ੍ਰੋਬਲਮਾਂ ਵਾਲੇ ਆ ਤਾਰੀਫ ਕਰੋ ਬ੍ਰਿਕ ਸਾਈਡ ਤੱਕ ਮੈਂ ਹੈਂਡ ਕਰਾਂਗਾ ਦਿਖਾਉਂਦੇ ਜਾਓ ਪਿੱਛੇ ਕਰਦੇ ਜਾਓ ਉਸ ਤੋਂ ਬਾਅਦ ਆਮੀਨ ਨੈਕਸਟ ਟੈਸਟਮਨੀ ਹਾਂਜੀ ਪ੍ਰੋਫਿਟ ਜੀ ਇਹ ਤਿੰਨਾਂ ਸਿਸਟਰਾਂ ਦੀ ਟੈਸਟਮਨੀ ਹੈ ਕਿ ਇਹਨਾਂ ਦਾ ਬਹੁਤ ਜ਼ਿਆਦਾ ਬੀਪੀ ਲੋ ਹੁੰਦਾ ਜੋ ਤੁਸੀਂ ਪ੍ਰੋਫੈਸ ਹੀ ਕਰ ਰਹੇ ਸੀ ਉਹ ਦੱਸ ਰਹੇ ਕਿ ਬਿਲਕੁਲ ਸਹੀ ਇਹਨਾਂ ਦੇ ਵਾਸਤੇ ਹੀ ਆਵਾਜ਼ ਹੀ ਔਰ ਰਿਸੀਵ ਕਰ ਰਹੇ ਆ ਔਰ ਆਪਣੇ ਆਪ ਨੂੰ ਹਲਕਾ ਫੀਲ ਕਰ ਰਹੇ ਜਦੋਂ ਪ੍ਰਭੂ ਦਾ ਦਾਸ ਪ੍ਰੋਫੈਸ ਹੀ ਕਰ ਰਿਹਾ ਸੀ ਕਿ ਪ੍ਰੋਫੈਸ ਹੀ ਹੋ ਰਹੀ ਆ ਤੇ ਤੁਹਾਡੇ ਇਸ ਜਗ੍ਹਾ ਤੇ ਜਿਨ੍ਹਾਂ ਦੇ ਬੀਪੀ ਦੀ ਪ੍ਰੋਬਲਮ ਹੈ ਉਹ ਇਹ ਜਗ੍ਹਾ ਤੇ ਹੈ ਵਾ ਤਾਰੀਫ ਕਰੋ ਪਰਮੇਸ਼ਵਰ ਦੀ ਤੁਸੀਂ ਇੱਕ ਸਾਈਡ ਤੇ ਲੈ ਜਾਓ ਦੂਸਰੇ ਖਿੱਚ ਖਿੱਚ ਕੇ ਪਹਿਲੇ ਸਾਈਡ ਲੈ ਜਾਓ ਥੱਲੇ ਲੈ ਜਾਓ ਹਾਂ ਕੁਲਦੀਪ ਨੂੰ ਪਰਲੇ ਬੰਨੇ ਕਰ ਇਹਨਾਂ ਨੂੰ ਸਾਈਡ ਤੇ ਕਲਰ ਮੈਂ ਲੈ ਐਂਡ ਬਾਜ ਕਰਾਂ ਹਾਂਜੀ ਪ੍ਰੋਫਿਟ ਜੀ ਨੈਕਸਟ ਟੈਸਟ ਨੈਕਸਟ ਟੈਸਟਮਨੀ ਤੁਸੀਂ ਦੱਸ ਰਹੇ ਸੀ ਕਿ ਕੁਝ ਬੱਚੇ ਇਸ ਤਰੀਕੇ ਦੇ ਆ ਜੋ ਬੈੱਡ ਦੇ ਉੱਪਰ ਵਾਸ਼ਰੂਮ ਕਰਦੇ ਆ ਔਰ ਬੇਬੀ ਛੋਟਾ ਇਸ ਜਗ੍ਹਾ ਤੇ ਖੜਾ ਹੈ ਜੋ ਬੈੱਡ ਦੇ ਉੱਪਰ ਵਾਸ਼ਰੂਮ ਕਰਨਾ ਉਹ ਦੱਸ ਰਹੇ ਕਿ ਘੋਸ਼ਣਾ ਬਿਲਕੁਲ ਸਹੀ ਹੈ ਉਹ ਸਾਡੇ ਵਾਸਤੇ ਹਾਲੇਲੂਇਆ ਸਾਡੇ ਤਾਰੀਫ ਕਰੇ ਤਾਰੀਫ ਕਰਦੇ ਜੋ ਸਭ ਚੁੱਕ ਰੋ ਥੋੜਾ ਮਿਊਜ਼ਿਕ ਹਾਲੇਲੂਇਆ ਕਿੰਨੇ ਲੋਕਾਂ ਨੇ ਸੁਣਿਆ ਇੱਥੇ ਇੰਨੇ ਬੱਚੇ ਜਿਹਨਾਂ ਨੂੰ ਅਸ਼ੁੱਧ ਆਤਮਾਵਾਂ ਚੰਬੜੀਆਂ ਜਿਹੜੇ ਬਾਥਰੂਮ ਕਰਦੇ ਆ ਔਰ ਬਾਥਰੂਮ ਵਾਲੀ ਜਗ੍ਹਾ ਤੇ ਦੁਬਾਰਾ ਦੁਬਾਰਾ ਹੱਥ ਲਗਾਉਂਦੇ ਆ ਅੱਜ ਉਹਨਾਂ ਨੇ ਇੱਕ ਸਾਈਡ ਤੇ ਰੱਖਣਾ ਮੈਂ ਲੈ ਹੈਂਡ ਕਰਾਂਗਾ ਉਹਨਾਂ ਦੇ ਉੱਪਰ ਤਾਰੀਫ ਕਰੋ ਜੀਸਸ ਦੀ ਕੈਮਰਾਮੈਨ ਤੋਂ ਨੀਚੇ ਆ ਜਾ ਕੈਮਰਾ ਲਾ ਕੇ ਫੜੋ ਉੱਪਰ ਨਹੀਂ ਥੱਲੇ ਆ ਯਾਰ ਥੱਲੇ ਥੱਲੇ ਰਿਹਾ ਕਰੋ ਬੈਠੇ ਬਾਅਦ ਅਫਸਰ ਨਾ ਬਣ ਜਾ ਕਰੋ ਇੱਧਰ ਬਾਹਰੋ ਇਹਨੂੰ ਲਾ ਲਾ ਯਾਰ ਲੰਬੀ ਲੀਡ ਚਲੋ ਤੇ ਸਾਈਡ ਤੇ ਰੱਖ ਹਾਂ ਆਮੀਨ ਹਾਂਜੀ ਪ੍ਰੋਫਿਟ ਜੀ ਨੈਕਸਟ ਟੈਸਟਮਨੀ ਇਹ ਜੋ ਦੋਨੋਂ ਬੇਬੀ ਹੈ ਇਹ ਰਾਤ ਤੋਂ ਸੁੱਤੇ ਪਏ ਇਹ ਵੀ ਰੋ ਆਰਾਮ ਨਾਲ ਸਾਇਲੈਂਟ ਮੂਡ ਕਿਸ ਦੀ ਆਵਾਜ਼ ਨਹੀਂ ਹੋਣੀ ਚਾਹੀਦੀ ਤੁਸੀਂ ਸੁਣਨ ਵਾਸਤੇ ਜੇ ਸੁਣੋ 2 ਸੈਕਿੰਡ ਮੈਂ ਤੁਹਾਨੂੰ ਭੇਜ ਰਿਹਾ ਘਰ ਦੇ ਵਿੱਚ ਆਮੀਨ ਪ੍ਰਭੂ ਦਾ ਆਤਮਾ ਦੱਸ ਰਿਹਾ ਕਿ ਜਗ੍ਹਾ ਤੇ ਲੇਡੀ ਕੀ ਪ੍ਰੋਬਲਮ ਇਹਨਾਂ ਨੂੰ ਇਹਨੂੰ ਸੁੱਤੇ ਪਏ ਰਾਤ ਵਾਸ਼ਰੂਮ ਕਾਟਿੰਗ ਦੇ ਬੈੱਡ ਤੇ ਅਸ਼ੁੱਧ ਆਤਮਾ ਇਹਨਾਂ ਨੂੰ ਇੱਕ ਸਾਈਡ ਤੇ ਰੱਖੋ ਠੀਕ ਹੈ ਤਾਰੀਫ ਕਰੋ ਪ੍ਰਭੂ ਦੀ ਕਿਉਂਕਿ ਵੇਖੋ ਜੋ ਕੁਝ ਤੁਸੀਂ ਸੁਣਿਆ ਹੁੰਦਾ ਪ੍ਰੇਅਰ ਦੇ ਵਿੱਚ ਸਾਰਾ ਕੁਝ ਸੱਚੇ ਜਗ੍ਹਾ ਤੇ ਹੈ ਕਿ ਜੋ ਉਹ ਪ੍ਰੇਅਰ ਉਹ ਹੈ ਹਾਂ ਬੈਕ ਤੇ ਜਲਦੀ ਅਗੇ ਥੋੜਾ ਮਿਊਜ਼ਿਕ ਚੁੱਕ ਥੋੜਾ ਮਿਊਜ਼ਿਕ ਚੁੱਕ ਤੁਸੀਂ ਵੀ ਜਾਓ ਤੁਸੀਂ ਵੀ ਜਾਓ ਉਧਰ ਤੁਸੀਂ ਕੰਮ ਕਰੋ ਸ਼ਰਦੋ ਸਟੇਜ ਬਿਲਕੁਲ ਖਾਲੀ ਕਰੋ ਚੁੱਕ ਚੁੱਕ ਕੇ ਲਿਓ ਭਾਈ ਵਾਲੇ ਬੰਨੇ ਲਿਓ ਯਾਰ ਫੜ ਕੇ ਜਲਦੀ ਜਾਓ ਤੁਸੀਂ ਜਾਓ ਲਿਓ ਇਹਨਾਂ ਨੇ ਆਪਣੀ ਜਲਦੀ ਲਿਓ ਆਪਾਂ ਜਲਦੀ ਸਮਾਪਤ ਕਰੀਏ ਚੁੱਕ ਕੇ ਲਿਓ ਹਾਂਜੀ ਪ੍ਰੋਫੈਟ ਜੀ ਸਿਸਟਰ ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਸਿਸਟਰ ਜਿਨ੍ਹਾਂ ਦੇ ਬੇਬੀ ਮਿਸ ਕੈਰੇਜ ਹੁੰਦੇ ਆ ਔਰ 4 ਸਿਸਟਰਾਂ ਸਾਡੇ ਕੋਲ ਆ ਚੁੱਕੀਆਂ ਹੈ ਪ੍ਰੋਫੈਟ ਜੀ ਹਾਲੇਲੂਇਆ ਕਿੰਨੇ ਲੋਕਾਂ ਨੇ ਸੁਣਿਆ ਪ੍ਰਭੂ ਜੀ ਦੱਸ ਰਹੇ ਜਗ੍ਹਾ ਤੇ ਸਿਸਟਰਾਂ ਜਿਨ੍ਹਾਂ ਦੇ ਬੱਚੇ ਮਿਸ ਕੈਰੇਜ ਹੁੰਦੇ ਆ ਔਰ ਸ਼ੈਤਾਨ ਉਹਨਾਂ ਨੂੰ ਬੇਬੀ ਹੋਣ ਨਹੀਂ ਦਿੰਦਾ ਅੱਜ ਇਹਨਾਂ ਦੇ ਉੱਪਰ ਲੈ ਹੈਂਡ ਪ੍ਰੇਅਰ ਕੀਤੀ ਜਾਏਗੀ ਉਹਨੂੰ ਖੁਦਾ ਬਲੈਸ ਕਰੇਗਾ ਪਿਛਲੀ ਸਾਈਡ ਤੇ ਲੈ ਜਾਓ ਇਹਨਾਂ ਨੂੰ ਪਿੱਛੇ ਰੋਕੇ ਨਾ ਮੈਂ ਹੱਥ ਰੱਖਾਂਗਾ ਪਹਿਲੇ ਮੈਂ ਤੁਹਾਨੂੰ ਦਿਖਾਉਣਾ ਚਾਹੁੰਦਾ ਕਿ ਜਿਹੜੀਆਂ ਆਵਾਜ਼ਾਂ ਇਹ 100% ਸੱਚ ਆ ਆਮੀ ਆਮੀ ਚੁੱਕ ਰੱਖੋ ਹਾਂਜੀ ਪ੍ਰੋਫਿਟ ਜੀ ਜਦੋਂ ਤੁਸੀਂ ਘੋਸ਼ਣਾ ਕਰ ਰਹੇ ਸੀ ਕਿ ਇਸ ਜਗ੍ਹਾ ਤੇ ਮੈਂ ਕੁਝ ਐਸੇ ਸਿਸਟਰਾਂ ਦੇਖ ਰਿਹਾ ਜਿਨ੍ਹਾਂ ਦੀ ਹਸਬੈਂਡ ਵਾਈਫ ਦੀ ਨਹੀਂ ਬਣਦੀ ਉਹ ਜੋ ਘੋਸ਼ਣਾ ਤੁਸੀਂ ਕਰ ਰਹੇ ਸੀ ਬਿਲਕੁਲ ਸੱਚੇ ਸਿਸਟਰ ਇਸ ਜਗ੍ਹਾ ਤੇ ਖੜੇ ਆ ਦੱਸ ਰਹੇ ਕਿ ਸਾਡੀ ਘਰ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਹੈ ਔਰ ਸਾਡੀ ਬਿਲਕੁਲ ਨਹੀਂ ਬਣਦੀ ਔਰ ਪ੍ਰੋਫੈਸੀ ਰਾਈਟਰ ਸੱਜਣ ਤਾਰੀਫ ਕਰੇ ਤਾਰੀਫ ਕਰੋ ਤਾਰੀਫ ਕਰੋ ਔਰ ਬਹੁਤ ਸਾਰੇ ਲੋਕ ਹੈ ਜਿਹੜੇ ਜਿਹੜੀਆਂ ਭੈਣਾਂ ਆਪਣੇ ਘਰ ਵਾਲੇ ਜਿਹੜੇ ਉਹਨਾਂ ਦੇ ਘਰ ਵਾਲੇ ਉਹਨਾਂ ਦੇ ਸ਼ੱਕ ਕਰਦੇ ਆ ਕਿ ਉਹ ਗਲਤ ਆ ਉਹਨਾਂ ਦੇ ਗਲਤ ਰਿਲੇਸ਼ਨ ਆ ਉਹਨਾਂ ਨੇ ਵੀ ਇੱਕ ਸਾਈਡ ਤੇ ਰਹਿਣਾ ਮੈਂ ਕੈਮਰੇ 'ਚ ਨਹੀਂ ਉਹਨਾਂ ਨੂੰ ਕਰਾਂਗਾ ਕੈਮਰਾ ਨਹੀਂ ਦਿਖਾਵਾਂਗਾ ਉਹ ਕੈਮਰੇ 'ਚ ਨਹੀਂ ਆਉਣਗੇ ਆਮੀ ਹਾਂ ਦੂਸਰੇ
ਪਾਣੀ ਦੀ ਬੋਤਲ ਦੋ ਪਾਣੀ ਕਿਤੇ ਜਲਦੀ ਆਮੀਨ ਹਾਂਜੀ ਪ੍ਰੋਫਿਟ ਜੀ ਤੋਂ ਤੁਸੀਂ ਘੋਸ਼ਣਾ ਕਰ ਰਹੇ ਸੀ ਕਿ ਇਸ ਜਗ੍ਹਾ ਤੇ ਮੈਂ ਕੁਝ ਐਸੇ ਸਿਸਟਰ ਦੇਖ ਰਿਹਾ ਜਿਨ੍ਹਾਂ ਦੇ ਘਰਾਂ ਦੇ ਵਿੱਚ ਖੂਨ ਦੇ ਸੱਟੇ ਔਰ ਰੋਡ ਔਰ ਦੋ ਸਿਸਟਰਾਂ ਇਸ ਜਗ੍ਹਾ ਤੇ ਆ ਚੁੱਕੀਆਂ ਦੱਸ ਰਹੀ ਕਿ ਸਾਡੇ ਘਰ ਦੇ ਵਿੱਚ ਖੂਨ ਦੇ ਛੱਟੇ ਔਰ ਰੋਡ ਵੱਜਿਆ ਔਰ ਦੱਸ ਰਹੀ ਕਿ ਇਹ ਪ੍ਰੋਫੈਸੀ ਬਿਲਕੁਲ ਰਾਈਟ ਹੈ ਔਰ ਸਾਡੇ ਵਾਸਤੇ ਹੈ ਤਾਰੀਫ ਕਰੋ ਪਰਮੇਸ਼ਵਰ ਦੀ ਜ਼ੋਰ ਦੀ ਤਾਰੀਫ ਕਰੋ ਇਹ ਘੋਸ਼ਣਾ ਜਿਹੜੀ ਸੁਣ ਰਹੇ ਮਜ਼ਾਕ ਨਹੀਂ ਆ ਪਰਮੇਸ਼ਵਰ ਦਾ ਆਤਮਾ ਕੇ ਕੋ ਨੂੰ ਪਰਖਦਾ ਕਿਹੜਾ ਕਿਹੜਾ ਬੰਦਾ ਕਿੱਥੇ ਰੁਕਿਆ ਉਹਦੀ ਕੀ ਪ੍ਰੋਬਲਮ ਆ ਆਮੀਨ ਦਿਲ ਦੀ ਧੜਕਣ ਵਾਲੇ ਬਹੁਤ ਲੋਕ ਜਿਹੜੇ ਮੰਡਲੀ ਵਿੱਚ ਇਹਨਾਂ ਦੇ ਦਿਲ ਦੀ ਧੜਕਣ ਵੱਧਦੀ ਆ ਉਹਨਾਂ ਨੂੰ ਅਗਲੀ ਸਾਈਡ ਤੇ ਲਿਆਉਣਾ ਆਮੀਨ ਹਾਂਜੀ ਪ੍ਰੋਫਿਟ ਜੀ ਟੈਸਟਮਨੀ ਦੱਸ ਰਹੇ ਜਦੋਂ ਤੁਸੀਂ ਪ੍ਰੋਫੈਸੀ ਕਰ ਰਹੇ ਸੀ ਘੋਸ਼ਣਾ ਕਰ ਰਹੇ ਸੀ ਇਹ ਸਿਸਟਰਾਂ ਦੱਸ ਰਹੇ ਕਿ ਸਾਨੂੰ ਹੀ ਉਹ ਪ੍ਰੋਬਲਮ ਹੈ ਲਕੋਰੀਏ ਦੀ ਪ੍ਰੋਬਲਮ ਔਰ ਸਿਸਟਰ ਇਸ ਜਗ੍ਹਾ ਤੇ ਪਹੁੰਚ ਚੁੱਕੀ ਹੈ ਥੋੜਾ ਅਗਲੀ ਸਾਈਡ ਤੇ ਇਧਰੋ ਇਧਰੋ ਇੱਕ ਲੰਬੀ ਲਾਈਨ ਚੋ ਲੰਬੀ ਲਾਈਨ ਚੋ ਆਪਣੇ ਹੱਥ ਹੀ ਲਾਓ ਇਹ ਸਾਰੀਆਂ ਸਿਸਟਰਾਂ ਨੂੰ ਪ੍ਰੋਫਿਟ ਦੀ ਲਕੋਰੀਏ ਦੀ ਪ੍ਰੋਬਲਮ ਹੈ ਖੁੱਲੇ ਖੜਿਓ ਤੁਸੀਂ ਖੁੱਲੇ ਹੋ ਜਾਓ ਖੁੱਲੇ ਰਹੋ ਖੁੱਲੇ ਰਹੋ ਖੁੱਲੇ ਰਹੋ ਖੁੱਲੇ ਰਹੋ ਖੁੱਲੇ ਰਹੋ ਹੱਥ ਹੀ ਲਾਓ ਸਭ ਨੂੰ ਹੱਥ ਦੇਖ ਰਹੇ ਇਧਰ ਆਪਾਂ ਇਧਰ ਹੱਥ ਦੇਖ ਰਹੇ ਸਾਰਿਆਂ ਨੂੰ ਇਹ ਭੈਣਾਂ ਜਿੰਨੀਆਂ ਜਿਨ੍ਹਾਂ ਨੂੰ ਲਕੋਰੀਏ ਦੀ ਪ੍ਰੋਬਲਮ ਹੱਡੀ ਖੁਰ ਕੇ ਆਉਂਦੀ ਆ ਕਿਉਂਕਿ ਜੋ ਖੁਦਾ ਦਾ ਆਤਮਾ ਬੋਲਦਾ 100% ਸ਼ੋਰ ਆ ਤਾਰੀਫ ਕਰੋ ਪ੍ਰਭੂ ਦੀ ਦੂਸਰੀ ਸਾਈਡ ਤੇ ਚਲੇ ਜਾਓ ਸਿਸਟਰ ਤੁਸੀਂ ਦੂਜੀ ਸਾਈਡ ਤੇ ਚਲੇ ਜਾਓ ਚਲੇ ਜਾਓ ਹਾਂਜੀ ਇਹਨਾਂ ਦੀ ਮਨੀ ਆ ਕਿ ਇਹਨਾਂ ਦੀ ਅੱਧੇ ਸਿਰ ਦੀ ਦਰਦ ਬਹੁਤ ਦੇਰ ਤੋਂ ਰਹਿੰਦੀ ਹੈ ਪਹਿਲੇ ਘੋਸ਼ਣਾ ਕਰ ਰਹੇ ਸੀ ਪਿਛਲੀ ਸਾਈਡ ਤੇ ਰੋਕ ਦਿਓ ਟੋਲ ਨੂੰ ਰੋਕ ਦਿਓ ਆਮੀਨ ਟੋਲ ਰੋਕੋ ਰੋਕ ਦਿਓ ਆਮੀਨ ਹਾਂ ਦੀ ਥੋੜੀ ਕੱਟ ਕਰ ਰਿਹਾ ਤੂੰ ਸਾਹਮਣੇ ਆ ਰਿਹਾ ਕੋਈ ਕੈਮਰੇ ਵਿੱਚ ਹੀ ਆ ਰਿਹਾ ਕੁਝ ਸਿਸ ਸਾਈਡ ਤੇ ਹਾਂ ਹਾਂਜੀ ਪ੍ਰੋਫਿਟ ਜੀ ਇਹ ਸਿਸਟਰ ਦੀ 24 ਘੰਟੇ ਇਹਨਾਂ ਆਪਣੇ ਹੱਥ ਲਾਓ ਸਿਸਟਰ ਅੱਧੇ ਸਿਰ ਦੇ ਵਿੱਚ ਦਰਦ ਰਹਿੰਦੀ ਹੈ ਔਰ ਦੱਸ ਰਹੇ ਕਿ ਘੋਸ਼ਣਾ ਬਿਲਕੁਲ ਰਾਈਟ ਹੈ ਔਰ ਅਸੀਂ ਜਗ੍ਹਾ ਤੇ ਮੰਤਰੀ ਪ੍ਰੋਫਿਟ ਜਗ੍ਹਾ ਤੇ ਆ ਗਏ ਅਸੀਂ ਬਿਲਕੁਲ ਆਮੀਨ ਔਰ ਦੱਸ ਬਿਲਕੁਲ ਠੀਕ ਹੈ ਕਿੰਨੇ ਲੋਕ ਸੁਣ ਰਹੇ ਨੇ ਪਰ ਮੈਨੂੰ ਬੋਲਿਆ ਕਿ ਬਹੁਤ ਸਾਰੇ ਜਿਹਨਾਂ ਦੀ ਮਾਈਗ੍ਰੇਨ ਮਾਈਗ੍ਰੇਨ ਦੀ ਪ੍ਰੋਬਲਮ ਹੈ ਸਿਸਟਰ ਮਾਈਗ੍ਰੇਨ ਆਮੀਨ ਹਾਂ ਨੈਕਸਟ ਕਰੋ ਹਾਂਜੀ ਪ੍ਰੋਫੈਟ ਜੀ ਸਿਸਟਰ ਦੀ ਟੈਸਟਮਨੀ ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਕਿ ਇਸ ਜਗ੍ਹਾ ਤੇ ਅਸੀਂ ਸਿਸਟਰ ਦੇਖ ਰਹੇ ਜਿਨ੍ਹਾਂ ਦੇ ਕੰਨਾਂ 'ਚ ਆਵਾਜ਼ਾਂ ਪੈਂਦੀਆਂ ਔਰ ਚੈਸਟ ਦੇ ਵਿੱਚ ਪੇਨ ਹੈ ਪ੍ਰੋਫੈਟ ਜੀ ਸਿਸਟਰ ਖੜੀ ਇਹਨਾਂ ਦੇ ਕੰਨਾਂ ਦੇ ਵਿੱਚ ਦਰਦ ਆਵਾਜ਼ਾਂ ਪੈਂਦੀਆਂ ਹੈ ਔਰ ਚੈਸਟ ਪੇਨ ਹੈ ਤਾਰੀਫ ਕਰੋ ਪਰਮੇਸ਼ਵਰ ਦੀ ਕਿੰਨੇ ਲੋਕਾਂ ਨੇ ਸੁਣਿਆ 2 ਸੈਕਿੰਡ ਬਟਾ ਦਿਓ 2 ਸੈਕਿੰਡ ਬੈਠ ਜਾਓ ਅਜੇ ਪ੍ਰੋਫੈਸੀ ਚੱਲ ਰਹੀ ਹੈ 2 ਸੈਕਿੰਡ ਰੁਕੋ 2 ਸੈਕਿੰਡ ਘਟਾ ਦਿਓ ਅਗਲੀ ਸਾਈਡ ਤੇ ਨਹੀਂ ਆਉਂਦੇ ਨਾ ਆਪਣੇ ਹੱਥ ਹੀ ਲਾਓ ਹਾਂਜੀ ਪ੍ਰੋਫੈਟ ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਕਿ ਜਿਨ੍ਹਾਂ ਨੂੰ ਬੁਰੇ ਸੁਪਨੇ ਆਉਂਦੇ ਆ ਮੈਂ ਇਸ ਮੰਡਲੀ ਦੇ ਵਿੱਚ ਬਹੁਤ ਸਾਰੇ ਲੋਕ ਦੇਖ ਰਹੇ ਪ੍ਰੋਫੈਟ ਜੀ ਇਹ ਸਿਸਟਰ ਦੋਨੋਂ ਇਹਨਾਂ ਨੂੰ ਬੁਰੇ ਸੁਪਨੇ ਆਉਂਦੇ ਆ ਔਰ ਰਾਤ ਦੁਸ਼ਟ ਆਤਮਾ ਇਹਨਾਂ ਨੂੰ ਪਰੇਸ਼ਾਨ ਕਰਦੇ ਸੁਪਨੇ ਦੇ ਵਿੱਚ ਆਮੀਨ ਕਿਹਨੇ ਲੋਕਾਂ ਨੇ ਸੁਣਿਆ ਇਹ ਜਿੰਨੀਆਂ ਆਵਾਜ਼ਾਂ ਸੋ ਰਹੇ ਸਾਰੀਆਂ ਹੋਲੀ ਸਪਿਰਿਟ ਨੇ ਦੇਖੀਆਂ ਕਿੱਥੇ ਕਿੱਥੇ ਕੀ ਹੋ ਰਿਹਾ ਅੱਜ ਇਹਨਾਂ ਨੂੰ ਨਹੀਂ ਪਤਾ ਪ੍ਰੋਬਲਮ ਕੀ ਆ ਇਹ ਸ਼ੈਤਾਨੀ ਰੂਹਾਂ ਜਿਹੜੀਆਂ ਤੁਹਾਨੂੰ ਰਾਤ ਪਰੇਸ਼ਾਨ ਕਰਦੇ ਇੱਕ ਸਾਈਡ ਤੇ ਰੱਖੋ ਇਹਨਾਂ ਨੂੰ ਜਲਦੀ ਜਲਦੀ ਪੈਨ ਫਟਾਫਟ ਪਿੱਛੇ ਲੈ ਕਰ ਕਰਦੇ ਜੋ ਰੱਖ ਦੇ ਜੋ ਮਿੰਟੋ ਮਿੰਟ ਆਪਣੇ ਹੱਥ ਹੀ ਨਲਾਉਂਦੇ ਅਗਲੀ ਸਾਈਡ ਤੇ ਲਓ ਪ੍ਰੋਫਿਟ ਜੀ ਸਿਸਟਰ ਦੀ ਟੈਸਟਮਨੀ ਕਿ ਜੋ ਤੁਸੀਂ ਥੋੜਾ ਵੋਲੀਮ ਡਾਊਨ ਕਰ ਦੋ ਕਿ ਦੁਸ਼ਟ ਜੋ ਦੁਸ਼ਟ ਆਤਮਾ ਬਾਰ ਬਾਰ ਮੂੰਹ ਚੋਂ ਗਲਤ ਸ਼ਬਦ ਨੂੰ ਕੋ ਕਢਾਉਂਦਾ ਹੈ ਸਿਸਟਰ ਦੱਸ ਰਹੇ ਕਿ ਮੈਂ ਬਾਰ ਬਾਰ ਦੁਸ਼ਟ ਆਤਮਾ ਗੰਦਾ ਕਰਦਾ ਹਾਂ ਕਿੰਨੇ ਲੋਕਾਂ ਨੇ ਸੁਣਿਆ ਅੱਜ ਬਿੱਲੀ ਕੁੱਕੜ ਕੁੱਤਾ ਜਿਹੜਾ ਘਰ 'ਚ ਨਹੀਂ ਰੱਖਣਾ ਕਿੰਨੇ ਲੋਕ ਇਹ ਜਗ੍ਹਾ ਦੇ ਆ ਤੁਹਾਡੇ ਘਰਾਂ 'ਚ ਬਿੱਲੀ ਕੁੱਤਾ ਕੁੱਕੜ ਨਹੀਂ ਹੋਣਾ ਚਾਹੀਦਾ ਜੇ ਤੁਸੀਂ ਪ੍ਰੇਅਰ ਵਾਲੇ ਮੰਨਣਾ ਜੇ ਤੁਸੀਂ ਕਰਨੀ ਪ੍ਰੇਅਰ ਆਪਣੀ ਮਰਜ਼ੀ ਕੁੱਤੇ ਕਾਤੇ ਰੱਖਣੇ ਆ ਤੇ ਖੁਦਾ ਨੇ ਤੁਹਾਡੀ ਪ੍ਰੇਅਰ ਨੂੰ ਨਹੀਂ ਸੁਣਨਾ ਜਿੰਨੇ ਲੋਕ ਕੋਈ ਪੰਪੀਲੀ ਅਰ ਕੇ ਪਤਾ ਨਹੀਂ ਕਿਹੜਾ ਕਿਹੜੇ ਤੁਸੀਂ ਸ਼ਰਮਨੀ ਸ਼ਾਵਟ ਰੱਖਦੇ ਆ ਸਭ ਗੰਦ ਕੱਢੋ ਆਪਣੇ ਘਰਾਂ ਦੇ ਵਿੱਚ ਜਿੰਨੇ ਲੋਕ ਸੁਣਦੇ ਨੇ ਕਿੰਨੇ ਲੋਕ ਸੁਣਦੇ ਨੇ ਕੁੱਤੇ ਵਾਲੇ ਘਰ ਦੇ ਵਿੱਚ ਤੁਹਾਡੀ ਪ੍ਰੇਅਰ ਨਹੀਂ ਬਣੇਗੀ ਕੁੱਕੜ ਜਿਹੜਾ ਰੱਖਦਾ ਵਿੱਟਾ ਚੁੱਕੇਗਾ ਕਦੀ ਪ੍ਰੇਅਰ ਨਹੀਂ ਕਰ ਸਕਦਾ ਕਿੰਨੇ ਲੋਕ ਸੁਣਦੇ ਨੇ ਬੰਧਨ ਤੋੜੋ ਆਪਣੇ ਘਰਾਂ 'ਚ ਕੁੱਤਿਆਂ ਕੁੱਕੜਾਂ ਦਾ ਕਬੂਤਰਾਂ ਦਾ ਜਿਹੜੇ ਲੋਕ ਸੁਣਦੇ ਨੇ ਤੁਹਾਡੇ ਘਰ ਦੇ ਵਿੱਚ ਇਹ ਚੀਜ਼ਾਂ ਨਹੀਂ ਹੋਣੀ ਜਿਹਦੇ ਜੇ ਤੁਸੀਂ ਕਰਜ਼ਿਆਂ ਤੋਂ ਫ੍ਰੀ ਹੋਣਾ ਜੇ ਇਫੈਕਟਿਵ ਪ੍ਰੇਅਰ ਕਰੋਗੇ ਸਿਰਫ ਤੁਹਾਡਾ ਧਿਆਨ ਪਰਮੇਸ਼ਵਰ ਦੇ ਵਚਨ ਔਰ ਪ੍ਰੇਅਰ 'ਚ ਹੋਣਾ ਚਾਹੀਦਾ ਆਮੀਨ ਹਾਂ ਨੈਕਸਟ ਅਗਲੀ ਬਣ ਹਾਂ ਜਲਦੀ ਹਾਂਜੀ ਪ੍ਰੋਫੈਟ ਜੀ ਸਿਸਟਰ ਇਹ ਛੋਟੀ ਬੱਚੀ ਨੂੰ ਪ੍ਰੋਬਲਮ ਹੈ ਰਾਤ ਸੁੱਤੇ ਪਏ ਗੱਲਾਂ ਕਰਦੀ ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਦੱਸ ਰਹੇ ਕਿ ਬਿਲਕੁਲ ਠੀਕ ਹੈ ਹਲੇਲੂਯਾ ਕਿੰਨੇ ਲੋਕਾਂ ਸੁਣਿਆ ਵੀ ਇਹ ਜਗ੍ਹਾ ਤੇ ਪ੍ਰਭੂ ਜੀ ਮੈਨੂੰ ਦੱਸ ਰਹੇ ਨੇ ਕਿ ਬੜਾਉਂਦੇ ਨੇ ਜਿਹੜੇ ਸੁੱਤੇ ਪਏ ਗੱਲਾਂ ਕਰਦੇ ਇੱਕ ਦੁਸ਼ਟ ਆਤਮਾ ਵਾ ਜਿਹੜੀ ਇਹਨਾਂ ਦੇ ਜੀਵਨ 'ਚ ਆਪਣਾ ਕੰਮ ਕੀ ਆ ਆਮੀਨ ਇੱਕ ਸਾਈਡ ਤੇ ਰੱਖੋ ਇਹਨਾਂ ਨੂੰ ਬਾਤ ਪ੍ਰੇਅਰ ਕਰਦਾ ਹਾਂ ਅਗਲੇ ਜਲਦੀ ਕਰੋ ਜਲਦੀ ਹਾਂਜੀ ਪ੍ਰੋਫੈਟ ਜੀ
ਸਿਸਟਰ ਦੱਸ ਰਹੇ ਕਿ ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਔਰ ਉਹ ਸਿਸਟਰ ਹੈ ਜਿਨ੍ਹਾਂ ਦੇ ਬਹੁਤ ਜ਼ਿਆਦਾ ਬੈਕ ਪੇਨ ਹੋ ਰਹੀ ਸੀ ਔਰ ਇਹ ਸਿਸਟਰ ਇਸ ਜਗ੍ਹਾ ਤੇ ਦੱਸ ਰਹੇ ਕਿ ਮੈਂ ਬਿਲਕੁਲ ਫ੍ਰੀ ਹੋ ਚੁੱਕੀ ਹਾਂ ਔਰ ਮੇਰੀ ਬੈਕ ਪੇਨ ਜਾ ਚੁੱਕੀ ਹੈ। ਤਾਰੀਫ ਕਰੋ ਪਰਮੇਸ਼ਵਰ ਦੀ, ਜ਼ੋਰ ਦੇ ਨਾਲ ਬੈਕ ਸਾਈਡ ਚਲੇ ਜਾਓ, ਰੱਖੋ ਸਾਈਡ ਤੇ। ਸਿਸਟਰ ਬਹੁਤ ਫਾਸਟ, ਦੋ ਹੀ ਭੈਣਾਂ ਕੰਮ ਕਰਨੇ, ਬਾਕੀਆਂ ਕਿੱਥੇ, ਬਾਕੀ ਕੀ ਕਰ ਰਹੀਆਂ ਵਾ, ਜਲਦੀ ਲੈ ਕੇ ਤੁਹਾਨੂੰ ਫਟਾਫਟ ਲੈ ਕੇ ਆ ਕਰੋ। ਪ੍ਰੋਫਿਟ ਜੀ, ਸਿਸਟਰ ਦੱਸ ਰਿਹਾ ਕਿ ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਇਸ ਜਗ੍ਹਾ ਤੇ ਬਹੁਤ ਸਾਰੀ ਮੈਂ ਸਿਸਟਰ ਦੇਖ ਰਿਹਾ ਜਿਨ੍ਹਾਂ ਨੂੰ ਹਾਰਟ ਦੀ ਪ੍ਰੋਬਲਮ ਹੈ ਔਰ ਸਿਸਟਰ ਨੂੰ ਹਾਰਟ ਦੀ ਪ੍ਰੋਬਲਮ ਹੈ, ਦੱਸ ਰਹੇ ਕਿ ਬਿਲਕੁਲ ਰਾਈਟ ਟੈਸਟ ਜੋ ਘੋਸ਼ਣਾ ਹੈ ਮੇਰੇ ਵਾਸਤੇ। ਤਾਰੀਫ ਕਰੋ ਪਰਮੇਸ਼ਵਰ ਦੀ। ਔਰ ਜੋ ਪ੍ਰਭੂ ਦਾ ਆਤਮਾ ਬੋਲਦਾ 100% ਸ਼ੋਰ, ਇਹਨਾਂ ਨੂੰ ਇੱਕ ਸਾਈਡ ਤੇ ਰੱਖੋ, ਮੈਂ ਹੱਥ ਰੱਖਣੇ ਨੇ ਇਹਨਾਂ ਦੇ ਸਾਰਿਆਂ ਦੇ ਉੱਪਰ, ਇੱਕ ਸਾਈਡ ਰੱਖੋ। ਹਾਂ ਜਲਦੀ ਜਲਦੀ। ਹਾਂਜੀ ਪ੍ਰੋਫਿਟ ਜੀ, ਸਿਸਟਰ ਦੱਸ ਰਹੇ ਹੈ ਕਿ ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਔਰ ਕਮਰ ਦੀ ਦਰਦ ਇਹਨਾਂ ਦੀ ਬਹੁਤ ਦੇਰ ਦੀ ਹੋ ਰਹੀ ਸੀ ਔਰ ਦੱਸ ਰਹੇ ਹੈ ਕਿ ਜੋ ਤੁਸੀਂ ਘੋਸ਼ਣਾ ਕਰੇ ਬਿਲਕੁਲ ਰਾਈਟ, ਇਹਨਾਂ ਨੇ ਘੋਸ਼ਣਾ ਨੂੰ ਰਿਸੀਵ ਕੀਤਾ ਔਰ ਠੀਕ ਹੋ ਚੁੱਕੇ ਸਭ। ਕੀ ਬੈਕ ਪੇਨ? ਬੈਕ ਪੇਨ ਹੁਣ ਠੀਕ ਆ? ਹਾਂਜੀ ਬਿਲਕੁਲ ਓਕੇ ਆ। ਤਾਰੀਫ ਕਰੋ ਪ੍ਰਭੂ ਦੀ, ਜ਼ੋਰ ਦੀ। ਹਾਂ ਅਗਲੀ ਅੱਗੇ ਫਟਾਫਟ ਫਟਾਫਟ ਫਾਸਟ ਕੰਮ ਕਰੋ, ਹੁਣ 10 ਮਿੰਟ ਫਾਸਟ ਕਰ ਦਿਓ, ਥੋੜਾ ਜਿਹਾ ਫਾਸਟ ਕਰੋ। ਹਾਂਜੀ ਪ੍ਰੋਫਿਟ ਜੀ, ਤੇ ਤੁਸੀਂ ਘੋਸ਼ਣਾ ਸੀ ਕਿ ਇਸ ਜਗ੍ਹਾ ਤੇ ਬਹੁਤ ਸਾਰੀ ਸਿਸਟਰ ਜਿਨ੍ਹਾਂ ਦਾ ਬੀਪੀ ਲੋਸ ਹੋ ਚੁ ਹੁੰਦਾ ਹੈ। ਪ੍ਰੋਫਿਟ ਜੀ, ਸਿਸਟਰ ਦੱਸ ਰਹੇ ਹੈ ਕਿ ਇਹਨਾਂ ਦਾ ਬਹੁਤ ਦੇਰ ਤੋਂ ਬੀਪੀ ਲੋ ਹੁੰਦਾ ਹੈ ਔਰ ਜਦੋਂ ਤੁਸੀਂ ਘੋਸ਼ਣਾ ਕੀਤੀ ਔਰ ਰਿਸੀਵ ਕਰ ਰਹੇ ਸੀ ਉਹ ਦੱਸ ਰਹੇ ਕਿ ਫ੍ਰੀ ਹੋ ਚੁੱਕੇ ਆ। ਆਮੀਨ, ਸਭ ਜਣ ਤਾਰੀਫ ਕਰੇ। ਹਾਲੇਲੂਇਆ। ਠੀਕ ਹੈ, ਤੁਸੀਂ ਪਿਛਲੀ ਸਾਈਡ ਤੇ ਜੋ ਮੈਂਟਲ ਐਪੀਸੋਡ ਉਹ ਬ੍ਰਦਰ ਹੈ ਉਹਦੀ ਟੈਸਟਮਨੀ ਲਿਖਾ ਕੇ ਲਓ ਪਿਛਲੀ ਸਾਈਡ ਤੇ ਜਲਦੀ। ਐ ਸਿਸਟਰ, ਤੁਸੀਂ ਆਪਣੇ ਬੇਟੇ ਦੀ ਗਵਾਹੀ ਲਿਖਾ ਕੇ ਲਿਓ। ਹਾਂ ਲਿਖੋ, ਹਾਂ ਹਾਂ, ਪੂਰਨ ਦੁਬਾਰਾ ਕਰਾਵਾਂਗਾ ਮੈਂ, ਕਰਾਉਣੀ ਗਵਾਹੀ ਜਲਦੀ ਜਲਦੀ, ਬਾਕੀ ਕਰਾਓ ਬਾਕੀ। ਹਾਂਜੀ ਪ੍ਰੋਫੈਟ ਜੀ, ਜੋ ਤੁਸੀਂ ਘੋਸ਼ਣਾ ਕਰ ਰਹੇ ਜਗ੍ਹਾ ਤੇ ਕੁਝ ਐਸੀ ਸਿਸਟਰ ਦੇਖ ਰਹੇ ਜਿਨ੍ਹਾਂ ਨੂੰ ਵਾਸ਼ਰੂਮ ਵਾਲੀ ਜਗ੍ਹਾ ਤੇ ਇਨਫੈਕਸ਼ਨ ਹੈ, ਸਿਸਟਰ ਇੱਥੇ ਆ ਚੁੱਕੇ ਆ। ਬਸ ਇੱਕ ਹੀ ਭੈਣ ਹੈ ਜਿਨ੍ਹਾਂ ਨੂੰ ਇਹ ਪ੍ਰੋਬਲਮ ਚ, ਹੋਰ ਵੀ ਹੈਗੇ ਕਿ ਸਾਹਮਣੇ ਲਓ ਜਲਦੀ। ਅੱਗੇ ਅੱਗੇ ਹੋ, ਹਾਂ ਹਾਂ, ਖੜੇ ਰਹੋ ਖੜੇ। ਹਾਂਜੀ ਪ੍ਰੋਫੈਟ ਜੀ, ਸਿਸਟਰ ਆ ਚੁੱਕੇ ਆ, ਖੜੇ ਰਹੋ ਖੜੇ ਰਹੋ। ਹਾਂ ਹਾਂ ਠੀਕ ਹੈ ਠੀਕ ਹੈ। ਸਾਡੇ ਕੋਲ 4 ਸਿਸਟਰ ਆ ਚੁੱਕੇ ਆ ਜਿਨ੍ਹਾਂ ਨੂੰ, ਹਾਥੀ ਲਾਓ ਇਹਨਾਂ ਨੂੰ, ਪਤਾ ਲੱਗੇ ਕਿ ਮੇਰੇ ਲੋਕ ਹੈਗੇ ਆ ਜਿਨ੍ਹਾਂ ਨੂੰ ਇਸ ਪ੍ਰੋਬਲਮ ਤੋਂ ਪ੍ਰਭ ਨੇ ਛੁਟਕਾਰਾ ਦਿੱਤਾ। ਆਮੀਨ। ਸਭ ਤੋਂ ਪਹਿਲਾਂ ਇਹ ਮੈਨੂੰ ਦੱਸੋ, ਕਿੰਨੇ ਲੋਕ ਪ੍ਰਭੂ ਦੇ ਦਾਸ ਵਾਲਾ ਮਸਾ ਚਾਹੁੰਦੇ ਆ ਕਿ ਅਸੀਂ ਵੀ ਲੋਕਾਂ ਨੂੰ ਦੱਸੀਏ? ਕਿੰਨੇ ਲੋਕ ਚਾਹੁੰਦੇ ਨੇ, ਕਿੰਨੇ ਲੋਕ ਚਾਹੁੰਦੇ ਕਿ ਸਾਡੇ ਕੋਲ ਵੀ ਇਹ ਵਰਦਾਨ ਹੋਏ ਤੇ ਅਸੀਂ ਲੋਕਾਂ ਨੂੰ ਦੱਸੀਏ ਬਿਮਾਰੀਆਂ ਵਾਸਤੇ ਆਉਣ ਵਾਲੇ ਸਮੇਂ ਬਾਰੇ? ਕਿੰਨੇ ਲੋਕ ਚਾਹੁੰਦੇ ਨੇ? ਬਹੁਤ ਥੋੜੇ ਲੋਕ ਆ, ਪਰੇਸ਼ਾਨੀ ਵਾਲੇ ਜ਼ਿਆਦਾ ਲੋਕ ਆ, ਫਿਰ ਗਿਫਟ ਵਾਲੇ ਘੱਟ ਲੋਕ ਆ। ਹਾਂਜੀ ਹਾਂਜੀ ਪ੍ਰੋਫੈਟ ਜੀ, ਇਹ ਬੇਬੀ ਦੱਸ ਰਹੇ ਕਿ ਇਹ ਜੋ ਬੇਬੀ ਹੈ ਰਾਤ ਸੁੱਤਾ ਪਿਆ ਗੱਲਾਂ ਕਰਦੇ ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਔਰ ਬੇਬੀ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਬੇਬੀ ਹੈ ਜੋ ਰਾਤ ਸੁੱਤੇ ਪਏ ਗੱਲਾਂ ਕਰ ਰਹੇ, ਉਹਨਾਂ ਵਿੱਚੋਂ ਬੇਬੀ ਇੱਕ ਅੱਗੇ ਆ ਚੁੱਕਾ ਹੈ, ਦੱਸ ਰਹੇ ਕਿ ਇਹਨਾਂ ਦੀ ਉਹ ਪ੍ਰੋਫੈਸੀ ਹੈ ਜੋ ਤੁਸੀਂ ਬੋਲ ਰਹੇ ਸੀ। ਸਭ ਜਣ ਤਾਰੀਫ ਕਰੇ। ਹਾਂਜੀ ਪ੍ਰੋਫੈਸਰ, ਉਹ ਬੇਬੀ ਹੈ ਜਿਹੜਾ ਰਾਤ ਸੁੱਤੇ ਪਏ ਬਾਥਰੂਮ ਕਰ ਦਿੰਦਾ ਔਰ ਉਹਨੂੰ ਬਹੁਤ ਜ਼ਿਆਦਾ ਵਾਸ਼ਰੂਮ ਆਉਂਦਾ ਹੈ ਔਰ ਬਹੁਤ ਜ਼ਿਆਦਾ ਮਿੱਟੀ ਖਾਂਦਾ ਹੈ। ਤਾਰੀਫ ਕਰੋ ਪ੍ਰਭੂ ਦੀ, ਜ਼ੋਰ ਦੀ। ਹਾਂ ਹਾਂ ਹਾਂਜੀ ਪ੍ਰੋਫੈਸਰ ਜੀ, ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਕਿ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਸਿਸਟਰ ਜਿਨ੍ਹਾਂ ਨੂੰ ਕਮਰ ਦੀ ਪੇਨ ਹੈ ਔਰ ਦੱਸ ਰਹੇ ਕਿ ਇਹਨਾਂ ਦੀ ਬਹੁਤ ਜ਼ਿਆਦਾ ਕਮਰ ਦੀ ਪੇਨ ਸੀ ਔਰ ਵਰਸ਼ਿਪ ਦੇ ਵਿੱਚ ਆਜ਼ਾਦ ਹੋ ਚੁੱਕੇ ਹੈ। ਸਭ ਜਣ ਤਾਰੀਫ ਕਰੇ। ਤਾਰੀਫ ਕਰੋ ਪ੍ਰਭੂ ਦੀ, ਜ਼ੋਰ ਦੀ, ਜ਼ੋਰ ਦੀ ਤਾਰੀਫ ਕਰੋ। ਹਾਂ ਨੈਕਸਟ ਨੈਕਸਟ, ਜਲਦੀ ਜਲਦੀ ਲਓ, 2 ਮਿੰਟ 2 ਸੈਕਿੰਡ ਦੇ ਵਿੱਚ। ਹਾਂਜੀ ਪ੍ਰੋਫੈਸਰ ਜੀ, ਇਹ ਸਿਸਟਰ ਦੱਸ ਰਹੇ ਕਿ ਪਿਛਲੇ ਸੰਡੇ ਇਹਨਾਂ ਦੀ ਘੋਸ਼ਣਾ ਹੋ ਰਹੀ ਸੀ ਕਿ ਇਹਨਾਂ ਨੂੰ 3 ਸਾਲ ਤੋਂ ਪੀਰੀਅਡ ਰੁਕੇ ਹੋਏ ਸੀ ਔਰ ਜਦੋਂ ਤੁਸੀਂ ਘੋਸ਼ਣਾ ਕੀਤੀ ਇਹ ਸਿਸਟਰ ਦੱਸ ਰਹੇ ਕਿ ਇਹਨਾਂ ਨੇ ਕੀਤੀ ਔਰ ਬਿਲਕੁਲ ਠੀਕ ਹੋ ਚੁੱਕੇ, ਆਜ਼ਾਦ ਹੋ ਚੁੱਕੇ ਆ। ਤੁਹਾਡਾ ਬੈਕ ਕੱਟ ਕਰ ਰਿਹਾ, ਕੀ ਦੱਸ ਰਹੇ ਆ? ਇਹਨਾਂ ਨੂੰ 3 ਸਾਲ ਤੋਂ ਪੀਰੀਅਡ ਨਹੀਂ ਸੀ ਆ ਰਹੇ, ਪਿਛਲੇ ਸੰਡੇ ਜਦ ਪ੍ਰਭੂ ਦੇ ਦਾਸ ਦਾ ਮਤਲਬ ਕਿ ਪੀਰੀਅਡ ਦੇ ਰੋਗ ਜਾ ਰਹੇ ਆ, ਜਦੋਂ ਤੁਸੀਂ ਘਰ ਜਾ ਕੇ ਚੈੱਕ ਕੀਤਾ ਤੁਹਾਨੂੰ ਪੀਰੀਅਡ ਆ ਚੁੱਕੇ ਆ, 3 ਸਾਲ ਤੋਂ ਬੰਦ ਸੀ, 3 ਸਾਲ ਤੋਂ ਬੰਦ ਸੀ, ਮੈਡੀਸਨ ਖਾਧੀ ਪਹਿਲੇ ਕੋਈ ਦਵਾਈ ਨਹੀਂ ਖਾਧੀ, 3 ਸਾਲ ਤੋਂ ਤੁਹਾਨੂੰ ਪੀਰੀਅਡ ਨਹੀਂ ਸੀ ਆ ਰਹੇ, ਪਿਛਲੇ ਸੰਡੇ ਜਦੋਂ ਤੁਸੀਂ ਆਏ ਹੁਣ ਤੁਹਾਨੂੰ ਪੀਰੀਅਡ ਆ ਚੁੱਕੇ ਆ। ਤਾਰੀਫ ਕਰੋ ਪਰਮੇਸ਼ਵਰ ਦੀ। ਸਿਸਟਰ ਦੱਸ ਰਹੀ ਕਿ ਪਿਛਲੇ 3 ਸਾਲ ਤੋਂ ਮੈਨੂੰ ਪੀਰੀਅਡ ਨਹੀਂ ਸੀ ਆ ਰਹੇ, ਜਦ ਪ੍ਰਭੂ ਦੇ ਦਾਸ ਨੇ ਘੋਸ਼ਣਾ ਕੀਤੀ ਕਿ ਪੀਰੀਅਡ ਰੋਕ ਜਾ ਰਹੇ ਆ, ਫ੍ਰੀ ਹੋ ਚੁੱਕੇ ਆ। ਤਾਰੀਫ ਕਰੋ, ਤਾਰੀਫ ਪਰਮੇਸ਼ਵਰ ਦੀ, ਜਲਦੀ ਕਰੋ ਜਲਦੀ। ਹਾਂਜੀ ਪ੍ਰੋਫੈਟ ਜੀ, ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਕਿ ਇਸ ਜਗ੍ਹਾ ਤੇ ਕੁਝ ਐਸੇ ਬੱਚੇ ਦੇਖ ਰਹੇ ਆ ਜੋ ਮਾਚਿਸ ਦੀ ਤੀਲਾ ਖਾਂਦੇ ਆ ਔਰ ਪ੍ਰੋਫੈਟ ਜੀ ਜੋ ਬੇਬੀ ਹੈ ਬਹੁਤ ਜ਼ਿਆਦਾ ਮਾਚਿਸ ਦੀ ਤੀਲਾ ਖਾਂਦਾ ਹੈ। ਸਭ ਤੋਂ ਪਹਿਲਾਂ ਘੋਸ਼ਣਾ ਤੇ ਸੁਣੀ ਜਾ ਰਹੇ ਨੇ, ਕਨਫਿਊਜ਼ ਹੋ ਰਹੇ ਨੇ, ਮੈਨੂੰ ਪਤਾ ਵਾ, ਤੁਸੀਂ ਸਭ ਤੋਂ ਪਹਿਲੇ ਇਹ ਸੁਣੋ ਕਿ ਜਿੰਨੀਆਂ ਗੱਲਾਂ ਪਰਮੇਸ਼ਵਰ ਨੇ ਦੱਸੀਆਂ ਮੈਨੂੰ ਕਿਸੇ ਨੇ ਕੋਈ ਗੱਲ ਨਹੀਂ ਦੱਸੀ। ਕਿੰਨੇ ਲੋਕ ਸੁਣ ਰਹੇ? ਪਿਛਲੇ
ਬੁੱਧਵਾਰ ਵਿੱਚ ਇੱਕ ਮੈਂ ਤੁਹਾਨੂੰ ਪਲਾਨ ਦਿੱਤਾ ਸੀ ਕਿ 3 ਦਿਨ ਦਾ ਵਰਤ ਰੱਖੋ ਜਿਹੜਾ ਐਸਤਰ ਨੇ ਰੱਖਿਆ ਸੀ। ਕਿੰਨੇ ਲੋਕ ਰੱਖ ਰਹੇ ਨੇ ਐਸਤਰ ਦਾ ਵਰਤ? ਐਸਤਰ ਨੇ 3 ਦਿਨ ਨਾ ਤੀਲਾ ਮੂੰਹ ਚ ਪਾਇਆ ਨਾ ਪਾਣੀ ਪੀਆ ਪੀਤਾ ਨੇ, ਉਹਨੇ ਲਗਾਤਾਰ 3 ਵਰਤ ਰੱਖੇ। ਔਰ ਬਾਈਬਲ ਚ ਲਿਖਿਆ ਵਰਤ ਰੱਖ ਕੇ ਫਿਰ ਉਹ ਰਾਜੇ ਦੇ ਕੋਲ ਗਈ। ਉਸੇ ਵਕਤ ਪ੍ਰਭੂ ਨੇ ਰਾਜੇ ਦੇ ਮਨ ਨੂੰ ਕੀ ਕਰ ਦਿੱਤਾ? ਤਾਰੀਫ ਕਰੋ ਪ੍ਰਭੂ ਦੀ। ਜੇ ਤੁਸੀਂ ਇੱਦਾਂ ਦੀਆਂ ਘੋਸ਼ਣਾ ਚਾਹੁੰਦੇ ਜੇ, ਇੱਦਾਂ ਦੀ ਮਿਨਿਸਟਰੀ ਚਾਹੁੰਦੇ ਜੇ, ਤੇ ਫਿਰ ਤੁਹਾਨੂੰ ਪਰਮੇਸ਼ਵਰ ਦੇ ਹਜ਼ੂਰੀ ਦੇ ਵਿੱਚ ਜਾਣਾ ਪੈਣਾ ਵਾ। ਆਮੀ। ਹੋਲੀ ਸਪਿਰਿਟ ਉਹਨਾਂ ਨੂੰ ਪਿਆਰ ਕਰਦਾ ਜਿਹੜੇ ਲੋਕ ਉਹਨੂੰ ਪਿਆਰ ਕਰਦੇ ਆ, ਜਿਹੜੇ ਲੋਕ ਪੈਸੇ ਨੂੰ ਤੇ ਕੰਮ ਨੂੰ ਪਿਆਰ ਕਰਦੇ। ਪ੍ਰਭੂ ਜੀ ਕਹਿ ਰਹੇ ਕਿ ਉਹ ਮੇਰੇ ਯੋਗ ਨਹੀਂ ਆ। ਆਮੀ। ਤਾਰੀਫ ਕਰ ਦੋ ਪ੍ਰਭੂ ਜੀ, ਉਹ ਮੇਰੇ ਯੋਗ ਨਹੀਂ ਆ। ਅੱਗੇ ਜਲਦੀ ਕਰੋ ਜਲਦੀ। ਹਾਂਜੀ ਪ੍ਰੋਫਿਟ ਜੀ, ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਕਿ ਇਸ ਜਗ੍ਹਾ ਤੇ ਬਹੁਤ ਜ਼ਿਆਦਾ ਸਿਸਟਰ ਜਿਨ੍ਹਾਂ ਨੂੰ ਲਕੋਰੀਏ ਦੀ ਪ੍ਰੋਬਲਮ ਹੈ, ਔਰ ਪ੍ਰੋਫਿਟ ਜੀ ਸਿਸਟਰ ਨੂੰ ਲਕੋਰੀਏ ਦੀ ਪ੍ਰੋਬਲਮ ਹੈ, ਔਰ ਇਹਨਾਂ ਦੇ ਬੇਬੀ ਨੂੰ ਪ੍ਰੋਬਲਮ ਹੈ ਕਿ ਦੰਦੀਆ ਕਰੀਚ ਦਾ ਹੈ, ਔਰ ਘੋਸ਼ਣਾ ਬਿਲਕੁਲ ਠੀਕ ਹੈ, ਦੱਸ ਰਹੇ ਕਿ ਘੋਸ਼ਣਾ ਇਹਨਾਂ ਦੇ ਵਾਸਤੇ ਇਹਨਾਂ ਨੇ ਕੀਤੀ, ਔਰ ਆਪਣੇ ਆਪ ਨੂੰ ਆਜ਼ਾਦ ਫੀਲ ਕਰ ਰਹੇ ਹੈ। ਸਭ ਜਨ ਤਾਰੀਫ ਕਰੀ। ਤਾਰੀਫ ਕਰੋ ਪ੍ਰਦੀਪ। ਸੈਲ ਚੇਂਜ ਕਰ ਸੰਦੀਪ, ਮਾਸਟਰ ਵਿੱਚ ਜਾ ਜਾ। ਆਪਣੇ ਬੇਬੀ ਸੰਭਾਲੋ। ਹਾਂਜੀ ਪ੍ਰੋਫਿਟ ਜੀ, ਜੋ ਤੁਸੀਂ ਘੋਸ਼ਣਾ ਕਰ ਰਹੇ ਸੀ ਔਰ ਸਿਸਟਰ ਦੱਸ ਰਹੇ ਹੈ ਕਿ ਘੋਸ਼ਣਾ ਪ੍ਰੋਫਿਟ ਜੀ ਜਦ ਕਰ ਰਹੇ ਸੀ ਇਹਨਾਂ ਨੇ ਰਿਸੀਵ ਕੀਤੇ ਨੇ ਬਹੁਤ ਜ਼ਿਆਦਾ ਪੀਰੀਅਡ ਪ੍ਰੋਬਲਮ, ਔਰ ਦੱਸ ਰਹੇ ਕਿ ਆਜ਼ਾਦ ਹੋ ਚੁੱਕੇ ਆ। ਪਹਿਲੇ ਇਹਨਾਂ ਨੂੰ ਪੀਰੀਅਡ ਹੋ ਰਹੇ ਸੀ? ਹਾਂਜੀ ਪ੍ਰੋਫਿਟ ਜੀ, ਬਿਲਕੁਲ ਫ੍ਰੀ ਆ। ਹਾਂਜੀ, ਕਿੰਨੀ ਦੇਰ ਤੋਂ ਹਰੀ ਪੁਸ਼? ਕੀ ਆ? ਸੋਰੀ ਪ੍ਰੋਫਿਟ ਟੈਸਟਮਨੀ, ਔਰ ਇਹ ਦੱਸ ਰਹੇ ਕਿ ਇਹਨਾਂ ਨੂੰ ਬਹੁਤ ਦੇਰ ਤੋਂ ਪੀਰੀਅਡ ਹੋ ਨਹੀਂ ਰਹੇ, ਔਰ ਦੱਸ ਰਹੇ ਕਿ ਜੋ ਟੈਸਟਮਨੀ ਗਲਤ ਹੋ ਚੁੱਕੀ ਹੈ ਮੈਂ ਸਾਰਿਆਂ ਕੋਲੋਂ ਮਾਫੀ ਮੰਗਦੀ ਹੈ, ਖਾਸ ਕਰਕੇ ਪ੍ਰਭੂ ਦੇ ਦਾਸਾਂ, ਔਰ ਦੱਸ ਰਹੇ ਕਿ ਇਹਨਾਂ ਨੂੰ ਬਹੁਤ ਦੇਰ ਤੋਂ ਜੋ ਪੀਰੀਅਡ ਨਹੀਂ ਹੋ ਰਹੇ, ਦੱਸ ਰਹੇ ਕਿ ਮੈਂ ਰਿਸੀਵ ਕਰੂੰਗੀ ਔਰ ਪ੍ਰਭੂ ਜੀ ਮੈਨੂੰ ਛੂ ਕੇ ਆਜ਼ਾਦ ਕਰਨਗੇ ਔਰ ਮੈਂ ਬਿਲਕੁਲ ਠੀਕ ਹੋ ਜਾਵਾਂਗੀ। ਅੱਛਾ, ਇਹਨਾਂ ਦੇ ਪੀਰੀਅਡ ਰੁਕੇ ਆ? ਬਿਲਕੁਲ। ਇੱਕ ਸਾਈਡ ਤੇ ਰੱਖੋ ਇਹਨਾਂ ਨੂੰ, ਕੋਈ ਨਹੀਂ, ਠੀਕ। ਓਕੇ ਓਕੇ, ਜਲਦੀ ਕਰੋ, ਸਮਾਂ ਜਾ ਰਿਹਾ। ਹਾਲੇਲੂਇਆ। ਚਲੋ ਜਿਹੜੇ ਜਲਦੀ ਕਰੋ ਸਿਸਟਰ, ਕਿੰਨੇ ਕੁ ਰਹਿ ਗਏ ਨੇ? ਹੁਣ 11 ਸਾਰੇ ਲੈ ਆਓ, ਇੰਨਾ ਟਾਈਮ ਨਹੀਂ ਹੈਗਾ, ਕਿਉਂਕਿ 11 ਕਰ ਦਿਓ ਸਰ। ਆਪ ਆ ਜਾਓ ਸਾਰੇ ਉੱਤੇ ਆ ਜਾਓ। ਜਿਹੜੇ ਬ੍ਰਦਰਾਂ ਨੂੰ ਪਰ ਬ੍ਰਦਰ ਲੈ ਕੇ ਆਓ। ਹਾਂ ਲਿਓ ਬ੍ਰਦਰ, ਇੱਕ ਮੈਂ, ਇੱਕ ਦੋ ਸਿਸਟਰ, ਮੈਂ ਇੱਕ ਦੋ ਬ੍ਰਦਰ ਰਾਜਨ ਨੂੰ, ਬ੍ਰਦਰ ਰਾਜਨ ਬ੍ਰਦਰ ਲੈ ਕੇ, ਜਿਹਨਾਂ ਨੂੰ ਲੇਡੀ ਪ੍ਰੋਬਲਮ, ਜਿਹਨਾਂ ਨੂੰ ਜਨਾਨੀ ਦਾ ਰੂਪ ਧਾਰ ਕੇ ਦੁਸ਼ਟ ਆਤਮਾ, ਸਭ ਆ ਜਾਓ ਇੱਕ ਲੈਨ ਚ ਆ ਜਾਓ ਯਾਰਾ, ਜਿਹਨਾਂ ਨੂੰ ਜਨਾਨੀ ਬਣ ਕੇ ਤੰਗ ਕਰਦਾ, ਜਨਾਨੀ ਵਾਲੇ ਪਹਿਲੇ, ਜਨਾਨੀ ਵਾਲੇ ਉਹ ਅੱਖ ਨੂਲ ਵਾਲਾ ਕੰਮ ਨਾ ਕਰਿਓ, ਉਹ ਸੱਦ ਤੱਕ ਇਹ ਕੰਮ ਨੂੰ ਆਗਾਹ ਹੋਰ ਜਾਂਦੇ। ਤੁਸੀਂ ਥੋੜਾ ਸਾਈਡ ਤੇ ਰੱਖੋ, ਤੁਸੀਂ ਇੱਕ ਸਾਈਡ ਤੋਂ, ਮੈਂ ਤੁਹਾਡੇ ਨਾਲ ਬਾਅਦ ਚ ਗੱਲ ਕਰਾਂਗਾ। ਜਿਹਨਾਂ ਨੂੰ ਲੇਡੀ ਪ੍ਰੋਬਲਮ, ਜਿਹਨਾਂ ਨੂੰ ਲੇਡੀ ਬਣ ਕੇ ਦੁਸ਼ਟ ਆਤਮਾ ਪਰੇਸ਼ਾਨ ਕਰ ਦੋ, ਕਿੰਨੇ ਲੋਕ ਆਪਣੇ ਜਗ੍ਹਾ ਤੇ ਖੜੇ ਹੋ? ਅੱਗੇ ਹੋ, ਇੱਥੇ ਖੜੇ ਹੋ, ਅੱਗੇ ਰਹੋ, ਅੱਗੇ ਹੋ। ਹਾਂ, ਹੋਰ ਕੋਈ? ਹਾਲੇਲੂਇਆ ਪ੍ਰੋਫਿਟ ਜੀ, ਇਹਨਾਂ ਨੂੰ ਦੁਸ਼ਟ ਜਨਾਨੀ ਦੀ ਹਰਕਤ ਕਰਕੇ ਸੁਪਨੇ ਵਿੱਚ ਪ੍ਰੇਸ਼ਾਨ ਕਰਦੇ ਸੀ। ਚਾਰ ਹਿਲਾਓ, 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 ਥੋੜੇ ਖੁੱਲ ਜੋ, ਥੋੜੇ ਖੁੱਲੇ ਹੋ ਜਾਓ, ਅੱਜ ਤਾਂ ਅੱਛੇ ਹਿੱਲਣਗੇ ਤੁਹਾਡੇ। ਕਿੰਨੇ ਲੋਕਾਂ ਨੇ ਸੁਣਿਆ ਕਿ ਪ੍ਰਭੂ ਨੇ ਬੋਲਿਆ ਤੇ ਬਹੁਤ ਸਾਰੇ ਜੰਗ ਨੇ ਜਿਹਨਾਂ ਨੂੰ ਜਨਾਨੀ ਦਾ ਰੂਪ ਧਾਰ ਕੇ ਦੁਸ਼ਟ ਪਰੇਸ਼ਾਨ ਕਰਦਾ? ਦੇਖੋ ਚਾਰ ਤੁਹਾਡੇ ਅੱਗੇ ਆ। ਤਾਰੀਫ ਕਰੋ ਪ੍ਰਭੂ ਦੀ, ਇੱਕ ਸਾਈਡ ਤੇ ਰੱਖੋ ਇਹਨਾਂ ਨੂੰ, ਇਸ ਤੋਂ ਬਾਅਦ ਮੈਂ ਪ੍ਰੇਅਰ ਕਰਾਂਗਾ। ਹੋਰ ਕਿਹੜੀ ਪ੍ਰੋਬਲਮ ਵਾਲੇ? ਨਸ਼ੇ ਵਾਲੇ, ਦਰਦ ਵਾਲੇ? ਠੀਕ ਹੈ, ਇੱਕ ਸਾਈਡ ਰੱਖੋ। ਕਿਸ ਜਗ੍ਹਾ ਦਾ ਦਰਦ? ਲੱਕ ਵਾਲੀ ਦਰਦ? ਠੀਕ ਹੈ, ਤੁਸੀਂ ਇੱਕ ਸਾਈਡ ਤੇ ਰਹੋ, ਇੱਕ ਸਾਈਡ ਤੇ, ਮੈਂ ਚੁੱਕ ਕੇ ਥੋੜੇ ਸਾਈਡ ਕਰ ਦੂੰ, ਮੈਂ ਇੱਕ ਦੂਪਰ ਨਾ ਖੜੇ ਰਹੋ। ਠੀਕ ਹੈ ਹੋਰ ਜਲਦੀ ਬੋਲਦਿਆ ਕਰੋ ਨਾ, ਪਹਿਲੇ ਮੈਕ ਚ ਕਿਹੜੇ ਆ ਰਹੇ ਆ? ਪ੍ਰੋਫਿਟ ਜੀ, ਇਹਨਾਂ ਨੂੰ ਸਾਹ ਦੀ ਪ੍ਰੋਬਲਮ ਸੀ। ਸਾਹ ਵਾਲੇ? ਹਾਂ, ਸਾਹ ਵਾਲੇ ਸੀ। ਇਹ ਪਿਛਲੇ ਸੰਡੇ ਆਏ ਸੀ, ਪਿਛਲੇ ਸੰਡੇ ਤੁਹਾਡੀ ਛੁੱਟੀ ਲੱਗੀ, ਇਸ ਵਾਰ ਕਿਵੇਂ ਲੱਗ ਰਿਹਾ ਤੁਹਾਨੂੰ? ਹੁਣ ਤੁਸੀਂ ਵਿਆਹ ਗਏ ਸੀ, ਪਰ ਹੁਣ ਸਾਹ ਕਿੱਦਾਂ ਵਾ ਤੁਹਾਨੂੰ? ਠੀਕ ਆ ਇਹਨਾਂ ਨੂੰ ਵੀ ਪ੍ਰੋਫਿਟ ਜੀ ਦਰਦ ਹੁੰਦਾ? ਠੀਕ ਆ, ਹੋਰ ਅੱਗੇ ਬਣੇ, ਜਲਦੀ ਕਰੋ, ਜਲਦੀ ਯਾਰ, ਰੋਕਿਆ ਨਾ ਕਰੋ, ਜਲਦੀ ਫਾਸਟ ਦੇ ਵਿੱਚ ਜਲਦੀ ਥੋੜਾ ਮਿਊਜ਼ਿਕ ਚਲਾ ਦਿਓ ਯਾਰ, ਮਾਹੌਲ ਜਿਹਾ ਤਰ੍ਹਾਂ ਹੋਰ ਲੱਗਦਾ, ਥੋੜਾ ਚੁੱਕ ਦਿਓ ਯਾਰ, ਥੋੜਾ ਚੁੱਕ ਰੱਖ। ਹਾਂ, ਪ੍ਰੋਫਿਟ ਜੀ, ਆ ਮੈਂਟਲ ਆਫੀਸਰ ਸੀਗੇ, ਇਹਨਾਂ ਦੀ ਟੈਸਟੀਮਨੀ ਕਰਾਓ, ਇਸ ਜਗ੍ਹਾ ਤੇ ਲਿਆਓ, ਆਪਣੇ ਹੱਥ ਹੀ ਲਓ, ਪ੍ਰਭੂ ਜੀ ਇੱਥੇ ਆ ਜਾਓ, ਖੜੇ ਹੋ, ਖੜੇ, ਬੜੀ ਜ਼ਬਰਦਸਤ ਟੈਸਟੀਮਨੀ ਇਹਨਾਂ ਦੀ, ਆਪਣੇ ਹੱਥ ਹੀ ਲਓ, ਸਾਹਮਣੇ ਖੜੇ ਰਹੋ, ਹੱਥ ਹੀ ਲਓ, ਇਹਨਾਂ ਦੀ ਟੈਸਟੀਮਨੀ ਕਰਾਓ। ਹਾਲੇਲੂਇਆ, ਹਾਲੇਲੂਇਆ,
ਪ੍ਰੋਫਟ ਜੀ ਇਹਨਾਂ ਦੀ ਗਵਾਹੀ ਇਹਨਾਂ ਦਾ ਨਾਮ ਲੱਖਾ ਹੈ ਪਿੰਡ ਇਹਨਾਂ ਦਾ ਰੂਪੋਵਾਲੀ ਇਹਨਾਂ ਦੀ ਗਵਾਹੀ ਕਿ 15 ਦਿਨ ਤੋਂ ਮੈਂਟਲ ਅਪਸੈਟ ਸੀ ਔਰ ਇਹਨਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨ ਸੀ ਔਰ ਇਹਨਾਂ ਨੂੰ ਇਹਨਾਂ ਦੇ ਪਤੀ ਨੂੰ ਇਹਨਾਂ ਨੇ ਹਸਪੀਟਲ ਵਿੱਚ ਦਾਖਲ ਕਰਵਾ ਦਿੱਤਾ ਔਰ ਇਹਨਾਂ ਨੂੰ ਕੋਈ ਫਰਕ ਨਹੀਂ ਸੀ ਪਿਆਰਿਆ ਔਰ ਫਿਰ ਇਹਨਾਂ ਨੇ ਸੰਤਾ ਕੋਲੋਂ ਪ੍ਰੇਅਰ ਕਰਵਾਉਂਦੇ ਸੰਤਾ ਕੋਲੋਂ ਪ੍ਰੇਅਰ ਕਰਵਾਈ ਔਰ ਬਲੈਸ ਆਇਲ ਉੱਥੇ ਹਸਪੀਟਲ ਦੇ ਵਿੱਚ ਵਰਤਦੇ ਔਰ ਪ੍ਰਭੂ ਨੇ ਇਹਨਾਂ ਨੂੰ ਛੂ ਕੇ ਕਾਮਿਲ ਸ਼ਿਫਾ ਦਿੱਤੀ ਔਰ ਇਸ ਜਗ੍ਹਾ ਤੇ ਲੈ ਕੇ ਇਸ ਗਵਾਹੀ ਵਾਸਤੇ ਬ੍ਰਦਰ ਪ੍ਰਭੂ ਦਾ ਔਰ ਪ੍ਰਭੂ ਦੇ ਦਾਸਾਂ ਦਾ ਦਿਲ ਤੋਂ ਧੰਨਵਾਦ ਕਰਦੇ ਸਭ ਭੈਣ ਭਾਈ ਜੋਰ ਦਾ ਤਾਰੀਫ ਕਰੋ ਜੀ ਜਿਸ ਦੀ ਜੋਰ ਦੀ ਆਮੀਨ ਕਿੰਨੇ ਲੋਕਾਂ ਨੇ ਸੁਣਿਆ ਇਹ ਬ੍ਰਦਰ ਮੈਂਟਲ ਐਪੀਸੈਟ ਸੀ ਰੁਕ ਜੋ ਬ੍ਰਦਰ ਜਿੱਦਣ ਇਹਨੂੰ ਮੇਰੇ ਘਰ ਵਿੱਚ ਲੈ ਗਏ ਤੇ ਇਹਨੂੰ ਪਤਾ ਸੀ ਇਸ ਬੰਦੇ ਨੂੰ ਪਤਾ ਸੀ ਔਰ ਇਹ ਗਾਲਾਂ ਬਹੁਤ ਜ਼ਿਆਦਾ ਗੰਦੀਆਂ ਕੱਢਦਾ ਸੀ ਪ੍ਰੇਅਰ ਵੀ ਲਗਾਤਾਰ ਹੋਈ ਔਰ ਨਾਲ ਟ੍ਰੀਟਮੈਂਟ ਹੋਇਆ ਵਾ ਔਰ ਖੁਦਾ ਨੇ ਛੂ ਕੇ ਚੰਗਾ ਕੀਤਾ ਇਸ ਗਵਾਹੀ ਦੇ ਵਾਸਤੇ ਬੱਸਾਂ ਪਰਮੇਸ਼ਰ ਦੀ ਮਹਿਮਾ ਔਰ ਪ੍ਰਭੂ ਦੀ ਤਾਰੀਫ ਕਰਾਂਗੇ ਉਹ ਜੀਵਿਤ ਆ ਔਰ ਮਹਾਨ ਆ ਪ੍ਰਭੂ ਤੁਹਾਡੇ ਸਾਥ ਹੈ ਕੋਈ ਨਹੀਂ ਬੜੇ ਰਹੋ ਪ੍ਰਭੂ ਦੇ ਨਾਲ ਠੀਕ ਹੈ ਕੋਈ ਬੈਠ ਜਾ ਹਾਂ ਹੋ ਦੋ ਸੱਤਾ ਤਾਰੀਫ ਕਰੋ ਪ੍ਰਭੂ ਦੀ ਤਾਰੀਫ ਕਰੋ ਪ੍ਰਭੂ ਤੁਸੀਂ ਇੱਕ ਜਗ੍ਹਾ ਤੇ ਨਾ ਖੜੋ ਕੁਛ ਕਰਕੇ ਵਿਖਾਓ ਮੈਨੂੰ ਖਲੋਣਾ ਨਹੀਂ ਆ ਖਲੋ ਤੇ ਮੈਂ ਵੀ ਤੇ ਖਲੋਤਾ ਹੀ ਆ ਕਰੋ ਕੁਛ ਪ੍ਰੋਫਿਟ ਜੀ ਜਿਹਨਾਂ ਨੂੰ ਨਹੀਂ ਪਤਾ ਸਿਖਾਓ ਇਹਨਾਂ ਨੂੰ ਇਨਫੈਕਸ਼ਨ ਦੀ ਪ੍ਰੋਬਲਮ ਹੈ ਇਨਫੈਕਸ਼ਨ ਵਾਲੇ ਸਾਰੇ ਇੱਕ ਲੰਬੀ ਲਾਈਨ ਬਣਾਓ ਇੱਕ ਲੰਬੀ ਲਾਈਨ ਪ੍ਰੋਫਿਟ ਜੀ ਇਹਨਾਂ ਦੀ 2 ਮਹੀਨੇ ਦੇ ਅੰਦਰ ਬਾਹਰ ਜਾਣ ਦੀ ਪਲੈਨਿੰਗ ਸੀ ਪਰਮੇਸ਼ਰ ਦਾ ਆਤਮਾ ਬੋਲ ਰਿਹਾ ਸੀ ਨਾ ਜਗ੍ਹਾ ਤੇ ਕੋਈ ਬਾਹਰ ਜਾ ਰਿਹਾ ਹੱਥੀ ਲਓ ਆਪਣੇ ਆਮੀ ਤਾਰੀਫ ਕਰੋ ਜੀ ਜਿਸ ਦੀ ਜ਼ੋਰ ਦੀ ਤਾਰੀਫ ਕਰੋ ਠੀਕ ਇੱਕ ਸਾਈਡ ਤੇ ਰੱਖੋ ਮੈਂ ਇਸ ਹੈਂਡ ਕਰਾਂਗਾ ਇੱਕ ਬ੍ਰਦਰ ਹੋ ਰਹੇ ਜਗ੍ਹਾ ਤੇ ਤੁਸੀਂ ਉੱਧਰ ਜਾਓ ਤੁਸੀਂ ਇੱਕ ਸਾਈਡ ਤੇ ਖੜੇ ਵੀ ਬਾਹਰ ਵਾਲਾ ਆ ਵੀ ਬਾਹਰ ਵਾਲਾ ਵਾ ਇੱਕ ਬ੍ਰਦਰ ਰਣਜੀਤ ਸਿੰਘ ਵੀ ਬਾਹਰ ਵਾਲਾ ਵਾ ਕਾਫੀ ਲੋਕ ਬਾਹਰ ਜਾ ਰਹੇ ਤਾਰੀਫ ਕਰੋ ਪ੍ਰਭੂ ਦੀ ਆਮੀ ਅੱਛਾ ਇਹਨਾਂ ਦੀ ਕੀ ਇਨਫੈਕਸ਼ਨ ਹਾਂ ਪ੍ਰੋਫਿਟ ਜੀ ਇਹਨਾਂ ਨੂੰ ਹਾਂ ਦੌਰਾ ਪੈਂਦਾ ਸੀ ਬੋਲੋ ਮੈਕ ਦੇ ਵਿੱਚ ਇਹਨਾਂ ਨੂੰ ਦੌਰਾ ਪੈਂਦਾ ਸੀ ਜਦੋਂ ਦੌਰੇ ਦੀ ਪ੍ਰੋਬਲਮ ਜਾਨੀ ਕਿ ਇਹਨਾਂ ਨੂੰ ਅਸ਼ੁੱਧ ਦੁਸ਼ਟ ਆਤਮਾ ਨਸ਼ੇ ਦੀ ਦੁਸ਼ਟ ਆਤਮਾ ਕਿਰੀ ਵੀ ਮੀਟਿੰਗ ਟੈਂਡ ਕੀਤੀ ਉਹਨਾਂ ਨੂੰ ਕਿੱਦਾਂ ਲੱਗ ਰਿਹਾ ਪੁੱਛੋ ਨਾ ਇਹਨਾਂ ਨੂੰ ਹੁਣ ਕਿਵੇਂ ਆ ਹਾਲੇਲੂਇਆ ਥੋੜਾ ਮਿਊਜ਼ਿਕ ਡਾਊਨ ਕਰ ਦੇ ਯਾਰ ਸੁਣ ਜਰਾ ਮੈਂ ਚੱਕ ਦੇ ਰਿਹਾ ਦੋ ਸ਼ਬਦਾਂ ਵਿੱਚ ਗਵਾਈ ਦੋ ਜਾਂ ਤੁਸੀਂ ਚਰਚ ਵਿੱਚ ਕੁਝ ਪਤਾ ਲੱਗਦਾ ਹਾਂ ਕਿੰਨੀ ਦੇਰ ਤੋਂ ਤੁਹਾਨੂੰ ਇਦਾਂ ਆ ਰਿਹਾ ਵਾ ਸ਼ੈਤਾਨ ਕਹਿੰਦਾ ਜੀ ਸੁਸਾਇਡ ਕਰ ਲਾ ਮਰ ਜਾ ਪਰ ਇਹ ਕਹਿ ਰਿਹਾ ਕਿ ਜਦੋਂ ਮੈਂ ਪਿਛਲੇ ਸੰਡੇ ਮੀਟਿੰਗ ਅਟੈਂਡ ਕੀਤੀ ਆ ਔਰ ਬੁੱਧਵਾਰ ਦੀ ਮੀਟਿੰਗ ਅਟੈਂਡ ਕੀਤੀ ਆ ਹੁਣ ਮੈਂ ਬਿਲਕੁਲ ਫ੍ਰੀ ਹੋ ਚੁੱਕਾ ਮੈਂ ਆਜ਼ਾਦ ਹੋ ਚੁੱਕਾ ਕਹਿ ਰਿਹਾ ਕਿ ਹੁਣ ਮੈਨੂੰ ਕੋਈ ਦੌਰਾ ਨਹੀਂ ਕੋਈ ਪ੍ਰੋਬਲਮ ਨਹੀਂ ਮੈਂ ਉਦੋਂ ਦਾ ਬਿਲਕੁਲ ਕੀ ਆ ਤਾਰੀਫ ਕਰੋ ਪ੍ਰਭੂ ਦੀ ਬਸ ਪ੍ਰਭੂ ਤੇ ਨਾਲ ਬਣੇ ਰਹਿਣਾ ਵਾ ਪ੍ਰਭੂ ਨਾਲ ਬਣਿਆ ਰਹੇਗਾ ਪ੍ਰਭੂ ਬਲੈਸ ਕਰੇਗਾ ਤੁਹਾਨੂੰ ਠੀਕ ਹੈ ਤੁਸੀਂ ਚੱਲ ਜਾਓ ਦੂਸਰੀ ਸਾਈਡ ਤੇ ਮੈਂ ਲੈ ਹੈਂਡ ਕਰਾਂਗਾ ਤੁਸੀਂ ਇੱਕ ਸਾਈਡ ਤੇ ਰੱਖੋ ਜਲਦੀ ਉਹ ਪਿਛਲੇ ਆਪਣੇ ਘਰ ਵਾਲੇ ਵੀ ਬੈਠੇ ਜਲਦੀ ਆਪਾਂ ਕਰਨਾ ਵਾ ਇੱਕ ਸਾਈਡ ਇਹ ਬ੍ਰਦਰ ਮੈਂਟਲ ਅਪਸੈਟ ਸੀ ਠੀਕ ਹੈ ਆਪਣੇ ਹੱਥ ਹੀ ਲਾਓ ਇਹਨੂੰ ਇੱਕ ਸਾਈਡ ਤੇ ਕੋਈ ਨਹੀਂ ਮੈਂ ਲੈ ਹੈਂਡ ਕਰਾਂਗਾ ਠੀਕ ਹੈ ਆਮੀ ਇੱਕ ਸਾਈਡ ਪ੍ਰੋਫਿਟ ਜੀ ਜਿਸ ਤਰ੍ਹਾਂ ਤੁਸੀਂ ਪ੍ਰੋਫੈਸੀ ਕੀਤੀ ਕਿ ਹਵਨ ਕਿੰਨਾ ਕਰਾਇਆ ਹਾਂ ਆਪਣੇ ਹੱਥ ਹੀ ਲਾਓ ਇਹ ਤਾਂ ਕੋਈ ਆਇਆ ਨਹੀਂ ਇਹ ਤਾਂ ਕੋਈ ਵੀ ਨਹੀਂ ਆਇਆ ਜੀ ਪ੍ਰਭੂ ਦੇ ਘਰ ਚ ਪਹੁੰਚੇ ਆ ਔਰ ਸਾਨੂੰ ਸਿਰਫ ਜੋ ਵੀ ਮਿਲਿਆ ਪ੍ਰਭੂ ਨੇ ਦਿੱਤਾ ਉਹਨਾਂ ਚੀਜ਼ਾਂ ਨੇ ਸਾਨੂੰ ਕੁਛ ਨਹੀਂ ਦਿੱਤਾ ਇਸ ਕਰਕੇ ਪ੍ਰਭੂ ਦਿਖਾਉਂਦਾ ਕਿ ਤੁਸੀਂ ਦੇਖੋ ਤੁਸੀਂ ਹਾਰ ਚੁੱਕੇ ਹੰਭ ਚੁੱਕੇ ਜੇ ਹੁਣ ਮੈਂ ਕਰਾਂਗਾ ਜੋ ਤੁਸੀਂ ਲੰਬੇ ਸਮੇਂ ਤੋਂ ਸੋਚ ਰਹੇ ਸੀ ਆਮੀ ਤਾਰੀਫ ਕਰੋ ਪ੍ਰਭੂ ਦੀ ਹੋਰ ਵੀ ਹਵਨ ਵਾਲੇ ਆ ਗਏ ਜੀ ਨਹੀਂ ਆ ਰਹੇ ਹਵਨ ਵਾਲੇ ਜੀ ਹੋਰ ਬਹੁਤ ਸਾਰੇ ਬਹੁਤ ਆ ਨਹੀਂ ਆ ਰਹੇ ਹਾਂ ਆਮੀਨ ਸੀਰੀਅਸ ਮੂਡ ਦੇ ਵਿੱਚ ਰਹਿਣਾ ਪ੍ਰਭੂ ਦੀ ਪ੍ਰੈਜੈਂਸ ਇਹ ਜਗ੍ਹਾ ਤੇ ਆ ਆਸਾਨੀ ਕਿਉਂਕਿ ਪ੍ਰਭੂ ਮਖੌਲੀਆਂ ਦੀ ਜੁੰਡਲੀ 'ਚ ਹੁੰਦਾ ਬਾਈਬਲ 'ਚ ਲਿਖਿਆ ਤਾਨੇ ਉਹ ਮਨੁੱਖ ਜਿਹੜਾ ਮਖੌਲੀਆਂ ਦੀ ਜੁੰਡਲੀ 'ਚ ਨਹੀਂ ਬੈਠਦਾ ਆਮੀਨ ਹਾਂਜੀ ਨੈਕਸਟ ਪ੍ਰੋਫਿਟ ਜੀ ਇਹਨਾਂ ਨੂੰ ਨੀਲ ਪੈਂਦੇ ਸੀ ਠੀਕ ਨੀਲ ਵਾਲੇ ਲੇਡੀ ਕਿੰਨੀਆਂ ਭੈਣਾਂ ਕਿੰਨੀਆਂ ਜਿਹਨਾਂ ਨੂੰ ਨੀਲ ਜਿਹਨਾਂ ਦੀ ਬੋਡੀ 'ਤੇ ਨੀਲ ਪੈਂਦੇ ਉਹ ਕਿੰਨੀਆਂ ਭੈਣਾਂ ਸੀ ਤੁਸੀਂ ਹਵਨ ਕਿੰਨੇ ਕਰਾਇਆ ਤੁਸੀਂ ਵੀ ਆ ਜਾਓ ਬਾਹਰ ਹਵਨ ਵਾਲੇ ਤੁਸੀਂ ਵਿੱਚ ਲੁਕੇ ਜੇ ਆ ਬੜੇ ਹਵਨ ਵਾਲੇ ਹੈਗੇ ਅੱਜ ਨੀਲ ਵਾਲੇ ਵੀ ਠੀਕ ਹੈ
ਹੁਣ ਹਮਨ ਕਰਨਾ ਕਿ ਹੈਵਨ ਦੇ ਵਿੱਚ ਜਾਣਾ ਵਾ ਕਿਹੜੇ ਲੋਕ ਹੈਵਨ ਵਾਲੇ ਨੇ ਸਵਰਗ ਵਾਲੇ ਕਿੰਨੇ ਲੋਕ ਆ ਲਗਾਤਾਰ ਬਾਈਬਲ ਪੜ੍ਹਨੀ ਪੈਣੀ ਪ੍ਰੇਅਰ ਕਰਨੀ ਪੈਣੀ ਆ ਤੇ ਪੱਤਰੀ ਨਹੀਂ ਖਲੋਣੀ ਕਿ ਬਾਬਾ ਜੀ ਪੱਤਰੀ ਖੋਲ ਕੇ ਕੋਈ ਬਾਬਾ ਜੀ ਲਿਖਿਆ ਪ੍ਰਭੂ ਜੀ ਨੂੰ ਖੋਲਦਾ ਉਹਨੂੰ ਕੋਈ ਵੀ ਬੰਦ ਇਹਦਾ ਮਤਲਬ ਕੀ ਆ ਕਿ ਖੋਲਣ ਦੀ ਤੇ ਬੰਦ ਕਰਨ ਦੀ ਤਾਕਤ ਸਿਰਫ ਕਿਹਦੇ ਕੋਲ ਆ ਸਾਰੇ ਬੋਲੋ ਕਿਹਦੇ ਕੋਲ ਆ ਉੱਚੀ ਵਾਚ ਬੋਲੋ ਅੱਜ ਤੁਹਾਡੇ ਪੈਸੇ ਬਚਣ ਵਾਸਤੇ ਜਾ ਰਹੇ ਜਿਹੜੇ ਪੱਤਰੀਆਂ ਖਲੋਂਦੇ ਨੇ ਤੁਸੀਂ ਤਾਰੀਫ ਕਰੋ ਪ੍ਰਭੂ ਦੀ ਆਪਣੇ ਕਿ ਨਿਕਲਦੇ ਜਦੋਂ ਦੀ ਚਰਚ ਵਿੱਚ ਆਉਂਦੇ ਨੇ ਆਪੇ ਠੀਕ ਆ ਤੁਸੀਂ ਇੱਕ ਸਾਈਡ ਕਰੋ ਠੀਕ 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 ਓਕੇ ਹੋ ਗਿਆ ਸਾਰੇ ਇਹਨਾਂ ਨੂੰ ਸਾਰਿਆਂ ਨੂੰ ਇੱਕ ਸਾਈਡ 'ਤੇ ਕਰ ਦਿਓ ਹੁਣ ਤੁਸੀਂ ਇੱਕ ਸਾਈਡ ਆ ਜਾਓ ਸਾਰੇ ਬ੍ਰਦਰ ਵੀ ਉੱਥੇ ਚੱਲ ਜਾਓ ਜਰਾ ਚੱਲ ਜਾਓ ਬਹੁਤ ਲੰਬਾ ਹੋ ਗਿਆ ਸਿਸਟਮ ਚੱਲ ਜਾਓ ਜਲਦੀ ਜਲਦੀ ਸਾਰੇ ਜਾਓ ਸਾਰੇ